ਮੈਂ ਅੰਦੇਵ ਰਾਏ ਸ਼ਰਮਾਨ ਚੇਅਰਮੈਨ ਮਾਰਕੀਟ ਕਮੇਟੀ ਜਿਲ੍ਹਾ ਲਾਹੌਰ ਦੀਵਾਲੀ ਦੇ ਆਰੇ ਤਿਹਾੜ ਦੇ ਉਪਲਖੇ ਚ ਮੈਂ ਲੋਗਾ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਣਾ ਔਰ ਖਾਸ ਤੌਰ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਵੀ ਇਹ ਚੇਅਰਮੈਨ ਦੇ ਤੌਰ ਤੇ ਪਹਿਲੀ ਦੀਵਾਲੀ ਆ ਰਹੀ ਹੈ ਸੋ ਮੈਂ ਜ਼ਿੰਦਗੀ ਵਿੱਚ ਵੈਸੇ ਅਮ ਪਟਾਕੇ ਚਲਾਉਣ ਤੋਂ ਪਰਹੇਜ਼ ਕਰਦਾ ਕਿਉਂਕਿ ਜਦੋਂ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਆਏ ਸੀ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਬਾਲੇ ਸੀ ਚਲੋ ਦੇਸੀ ਦੀ ਅਸੀਂ ਨਹੀਂ ਬਾਸ ਸਕਦੇ ਤੇ ਮੇਰੀ ਇਹ ਬੇਨਤੀ ਹੈ ਕਿ ਅਸੀਂ ਤੇਲ ਦੇ ਦੀਵੇ ਦਿਖਾਈਏ ਮੋਮਬਤੀਆਂ ਜਿਹਾ ਇਹ ਪਰ ਪਟਾਕੇ ਆ ਤਾਂ ਜਿਹੜਾ ਆਪਾਂ ਪਰਹੇਜ਼ ਕਰੀਏ ਕਿਉਂਕਿ ਉਹਦੇ ਨਾਲ ਕਈ ਐਡੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਕਈਆਂ ਦੀ ਅੱਖ ਚਲੀ ਗਈ ਕਿਤੇ ਹੱਥ ਸੜ ਗਿਆ ਜਾਂ ਕੋਈ ਮਿਸ ਹੈਪਨਿੰਗ ਕਈ ਦੁਰਘਟਨਾਵਾਂ ਹੋ ਜਾਂਦੀਆਂ ਨੇ ਸੋ ਉਹਦੇ ਨਾਲ ਸਭੋ ਪੋਲੂਸ਼ਨ ਹੁੰਦਾ ਹੈ ਜਿੱਥੇ ਅਸੀਂ ਖੁਸ਼ੀਆਂ ਮਨਾਉਣੀਆਂ ਨੇ ਉੱਥੇ ਵੈ ਸਾਰਿਆਂ ਨੂੰ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਔਰ ਇਥੋਂ ਦੇ ਸਾਡੇ ਐਮਐਲਏ ਜਗਦੀਪ ਸਿੰਘ ਗੋਲੜੀ ਜੀ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਸਾਡਾ ਸਾਰਿਆਂ ਦਾ ਆਪਸੀ ਪ੍ਰੇਮ ਭਾਈਚਾਰਾ ਬਣਿਆ ਰਹੇ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆਓ ਇਸ ਪਵਿੱਤਰ ਦਿਹਾੜੇ ਤੇ ਆਪਾਂ ਨਸ਼ਿਆਂ ਤੋਂ ਦੂਰ ਹੋਣ ਲਈ ਵੀ ਜਿਹੜਾ ਅਹ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਹਨੂੰ ਉਹਨਾਂ ਦੇ ਘਰਾਂ ਨੂੰ ਪੁੱਛ ਵੇਖੋ ਜਿਨ੍ਹਾਂ ਦਾ ਨੌਜਵਾਨ ਮੁੰਡਾ ਚਲਿਆ ਜਾਂਦਾ ਤੇ ਉਹਨਾਂ ਦੇ ਚਿੱਲੇ ਚੱਗ ਨਹੀਂ ਬਲਦੀ ਸੋ ਨਸ਼ਿਆਂ ਨੂੰ ਵੀ ਆਪਾਂ ਦੂਰ ਰੱਖੀਏ ਖਾਸ ਤੌਰ ਤੇ ਇਹ ਹੀ ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਖੇਡਾਂ ਵੱਲ ਧਿਆਨ ਦੇਈਏ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾਈਏ ਮਾਣਯੋਗ ਮੁੱਖ ਮੰਤਰੀ 40000 ਦੇ ਕਰੀਬ ਡੇਢ ਸਾਲ ਦੇ ਵਿੱਚ ਨੌਕਰੀਆਂ ਦੇਤੀਆਂ ਨੇ ਸਕੂਲ ਆਫ ਐਮੀਨਸ ਬਣ ਰਹੇ ਨੇ ਮਹੱਲਾ ਕਲੀਨਾਂ ਖੋਲੇ ਜਾ ਰਹੇ ਨੇ ਦੋਨਾਂ ਤੇ ਜਿਆਦਾ ਜਿਹੜਾ ਨਾ ਇੱਕ ਸਿੱਖਿਆ ਤੇ ਸਿਹਤ ਤੇ ਇਹ ਜਿਹੜਾ ਸਾਡਾ ਨਿਸ਼ਾਨਾ ਹੈਗਾ ਕਿ ਘਟੋ ਘਟ ਆਮ ਪਬਲਿਕ ਨੂੰ ਇਹ ਤਾਂ ਵਧੀਆ ਮਿਲੇ ਵੈਸੇ ਤਾਂ ਆ ਜਾ ਰਹਾਂ ਕੰਮ ਕਰਤੇ ਨੇ ਰੋਜ਼ ਹੀ ਕੋਈ ਨਾ ਕੋਈ ਨਵਾਂ ਕੰਮ ਮਾਨ ਸਾਹਿਬ ਜਿਹੜਾ ਲੋਕਾਂ ਨੂੰ ਦੇ ਰਹੇ ਨੇ ਬਿਜਲੀ ਦੇ ਮੁਫਤ ਬਿੱਲ ਨੇ 90% ਤੋਂ ਵੀ ਉੱਤੇ ਲੋਕਾਂ ਨੂੰ ਬਿਜਲੀ ਦੇ ਬਿੱਲ ਜਿਹੜੇ ਜ਼ੀਰੋ ਆ ਰਹੇ ਨੇ ਸੋ ਜਿਆਦਾ ਕੁਛ ਨਾ ਕਹਿੰਦੇ ਜਿਆਦਾ ਗੱਲ ਨਾ ਲੰਬੀ ਕਰਦੇ ਆਓ ਸਾਰੇ ਜਿਹੜੇ ਮਾਨ ਸਾਹਿਬ ਦਾ ਹਿੱਸਾ ਬਣੀਏ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾਈਏ ਇਹ ਹੀ ਮੇਰੀ ਕਾਮਨਾ ਹੈ ਇਹ ਹੀ ਜੈ ਜਹਾਂ ਜ